ਆ ਜਬਲ ਅਲੀ ਮਿੱਤਰੋ ਜਬਲ ਅਲੀ ਮੇਰਾ ਕੀ ਪਿਆਈ ਜਾਵੇ ਜਿਹੜਾ ਕੋ ਪਿਉਣਾ ਖਵਾਈ ਜਾਵੇ ਜਿਹੜਾ ਕੋ ਵਿੱਚ ਕੋਣੀ ਅਸੀਂ ਯਾਰ ਇੱਕ ਦੂਜੇ ਨੂੰ ਐਪਰੀਸ਼ੀਏਟ ਬਹੁਤ ਕਰਦੇ ਸਾਨੂੰ ਕੋਈ ਹੋਰ ਨਿਕਲ ईद होगी मुबारक मित्रां नूं सवेरे तड़के 6:30-5 बजे उठ के तू तो मैं सुता ही नहीं ईद मतलब रोजे रख के फिर ईद है मतलब पूरा वधिया माहौल बनया हुण असीं चलिया घरे वापस अपनी राणी सुंदाज नमाज का टाइम बंद ने 11 मिनट नहीं होने दिता 11 मिनट क्यों सलीमे 6:10 ईद मुबारक होंगे ने मतलब टाइम से नमाज निकल जाना सारे ने सिस्टम बना के गड्डियां दिखा देना थोड़ी ये पुराने जीवी फिरदे ना इन्हां नूं कोई लेना देना नहीं किसी दुनिया तो इन्हां नूं सिर्फ आपके मैचों तक असीं भी खेडदे रहे ना सलीमे आ जिहड़ा मतलब मैच का कीड़ा हुंदा ना आन पूरा आ खड़े बगाने गड्डियां लाई है ना खबर आए चो मुस्लिम सुन मुस्लिम च भी होणगे नॉन मुस्लिम च भी हाँ लेकिन बस इन्हां नूं कोई लेना देना नहीं दुनिया तो मैच खेडना हुण चले असीं सवेरे ईद पढ़ ली नमाज पढ़ ली है ना रैसट कर ली ये भी सही रात का जागदा सी ते हुण असीं चले आ सलून ते जबला ली मुंडे लई खीर बनाई सी घरे वो दवांगे ते बाकी सलून सेमियां ते बाकी गपशप सलून ते जाके बंदा अपने नाल आ खिच लैणा काम लाउणा ठीक है बैठ ला बैठ ਫੋਲੋਅਰਸ ਦੇ ਵਿੱਚ ਬਹੁਤ ਗਲਤ ਮੈਸੇਜ ਆਊਗਾ ਇਹ ਬੈਠ ਨਾ ਲੈ ਦੇਖ ਤੂੰ ਇੱਕ ਪਬਲਿਕ ਫਿਗਰ ਹੈਗਾ ਅਸਲੇ ਤੈਨੂੰ ਦੁਨੀਆ ਦੇ ਦੀ ਆ ਅੰਨੀ ਹੋ ਕੇ ਦੇ ਦੀ ਨਾ ਅੰਨੀ ਦੁਨੀਆ ਅੰਨੀ ਹੋ ਕੇ ਦੇ ਦੀ ਆ ਪਿਛਲੀ ਵਾਰ 30 ਲੋਕਾਂ ਦੇ ਦੇਖਿਆ ਸੀ ਆ ਵਾਰ 40 ਲੋਕਾਂ ਦੇ ਦੇਖਿਆ ਤੈਨੂੰ ਬੈਠ ਲਾ ਲਈ ਹੈ ਮੈਂ ਕਿਤੇ ਇੰਡੀਆ ਨੂੰ ਜਾਂ ਲੇਕਿਨ ਵਰਲਡ ਨੂੰ ਗਲਤ ਸਾਈਡ ਨਾ ਲੈ ਰਿਹਾ ਤੈਨੂੰ ਫੋਲੋ ਕਰਦੇ ਆ ਲੋਕ ਸਮਝ ਗਿਆ ਤੂੰ ਕੀ ਕਰਨਾ ਹਾਂ ਔਰ 30 ਔਰ 40 ਵਿਊ ਜਿਹੜੇ ਆਉਂਦੇ ਆ ਇਹਨੂੰ ਦੇਖ ਕੇ ਅਸਲੀ ਡੀਮੋਟੀਵੇਟ ਨਹੀਂ ਹੋਣਾ ਹੁੰਦੇ ਆ ਆਪਾਂ ਕੈਮਰੇ ਵਿੱਚ ਡੀਮੋਟੀਵੇਟ ਜੇ ਹੋਣਾ ਹੁੰਦਾ ਨਾ ਆਪਾਂ ਸ਼ਕਲਾਂ ਦੇਖ ਕੇ ਹੋ ਜਾਣਾ ਸੀ ਇਹ ਕੈਮਰੇ ਆ ਵੀ ਇਹ ਕੈਮਰੇ ਵਾਲੀਆਂ ਹੈਗੀਆਂ ਕਿਤੇ ਸਹੀ ਗੱਲ ਆ ਇਸ ਲਈ ਸਾਨੂੰ ਕੋਈ ਡੀਮੋਟੀਵੇਟ ਨਹੀਂ ਕਰ ਸਕਦਾ ਡੀ ਵਾਲਾ ਤਾਂ ਭੁੱਲ ਜਾ ਸਾਡੀਆਂ ਸ਼ਕਲਾਂ ਹੀ ਨਹੀਂ ਕੈਮਰੇ ਵਾਲੀਆਂ ਤੇ ਅਸੀਂ ਫੇਰ ਵੀ ਕੈਮਰਾ ਚੱਕੀ ਫਿਰਦੇ ਆ ਹਨਾ ਡੀਮੋਟੀ ਗਿਆ ਫਿਰ ਖੂਹ ਖਾਤੇ ਚ ਹਾਂ ਇਦਾਂ ਹੁੰਦੀ ਕਹਾਣੀ ਤੇ ਹੁਣ ਜਦੋਂ गल
ਹੈਗੀ ਏਦਾਂ ਹੁਣ ਅਸੀਂ ਘਰੋਂ ਦਾ ਤੁਰ ਪਏ ਆ ਜਾਣਾ ਸਲੂਨ ਤੇ ਆ ਲੇਕਿਨ ਇੱਕ ਰਾਹ ਦੇ ਵਿੱਚ ਸਟੇ ਆ ADCB ਬੈਂਕ ਆ ਨਾ ਆਪਣੀ ਬੈਂਕ ਹੈਗੀ ਆ ਉਹਦੇ ਵਿੱਚ ਆਪਾਂ ਥੋੜਾ ਜਿਹਾ ਡਿਪੋਜ਼ਿਟ ਕਰਾਉਣ ਜਾਣਾ 9 ਰੁਪਿਆ ਰੱਖੀ ਦਾ 9 ਰੁਪਿਆ ਕਢਾਈ ਦਾ ਕਲੈਕਸ਼ਨ ਸਮਝ ਤਾਂ ਕਈ ਹੋਣਗੇ ਕੱਲ ਦੀ ਤੂੰ ਨਾ ਬਲੌਕ ਕਰੀ ਬੇਟਾ ਉਧਰ ਮਾਰ ਦੇਣੀ ਗੱਡੀ ਹੈ ਸਮਝ ਤਾਂ ਗਏ ਹੋਣਗੇ ਨਾ ਕਲੈਕਸ਼ਨ ਸ਼ੁਕਰ ਆ ਬਾਹਰ ਨੀ ਹੁੰਦੀ ਤੇਰੇ ਕੋਈ ਬਜਟ ਲਾ ਲੈ 500 ਪਿੱਛੇ ਲੋਕੀ ਮਗਰ ਲਈ ਫਿਰ ਤਾਂ ਇਹਨਾਂ ਕੋਲ ਤਾਂ ਬੜਾ ਰੁਪਈਆ ਹੈ ਨਾ ਤੇ ਗੱਲ ਉਹੀ ਕਰ ਚੱਲੇ ਜਿਹੜੀ ਤੁਹਾਨੂੰ ਦੱਸੀ ਆ ਠੀਕ ਆ ਏਦਾਂ ਨੀ ਕੰਮ ਹੈਗਾ ਤੇ ਉੱਥੇ ਜਾ ਕੇ ਉੱਥੇ ਫਿਰ ਆਪਾਂ ਸਿੱਧਾ ਜਬਲ ਅਲੀ ਨੂੰ ਰੂਟ ਖਿੱਚਣਾ ਵਾ ਓਕੇ ਸਮਝ ਗਏ ਗੱਲ ਨੂੰ ਮੇਰੇ 40 ਬੰਦੇ ਦੇਖਦੇ ਨੀ ਤੁਸੀਂ ਸਾਡਾ ਵਲੌਗ ਓਏ ਪਰਸ ਤੂੰ ਸੀ ਉੱਥੇ ਬੰਦਦਾ ਪਿਆ ਆ ਪਿਆ ਵਿੱਚ ਪਰਸ ਮੈਨੂੰ ਦੇਖਣ ਨਹੀਂ ਨਾ ਤੂੰ ਗੱਡੀ ਬਣਾ ਦੇਣੀ ਆਪ ਹੀ ਕਹਿੰਦਾ ਤੂੰ ਮੇਰਾ ਵਲੌਗ ਬਣਾ ਤੇ ਮੂਹਰੇ ਬੰਦ ਸ਼ੀਸ਼ੇ ਤੋਂ ਇੱਧਰ ਉੱਧਰ ਕਰਕੇ ਬਣਾ ਸ਼ੀਸ਼ੇ ਨਹੀਂ ਤੂੰ ਆਈ ਗੱਡੀ ਚਲਾ ਮੇਰੀ ਬਾਂਹ ਵੀ ਥੱਕ ਗਈ ਸਾਰਾ ਗੱਲਬਾਤ ਤੇ ਹੁਣ ਈਦ ਦਾ ਰੋਡ ਖਾਲੀ ਆ ਸ਼ਾਮੀ ਭਰਨ ਆਪਾਂ ਉਹਨੂੰ ਮੈਂ ਗੱਲ ਯਾਰ ਤੂੰ ਮੈਨੂੰ ਭੁਲਾ ਦੀ ਆ ਚਲੋ ਫਿਰ ਮਿਲਦੇ ਆ ਬ੍ਰੇਕ ਤੋਂ ਬਾਅਦ ਤੇ ਹੁਣ ਤੁਸੀਂ ਦੇਖਣਾ ਵਲੌਗ ਸਾਨੂੰ ਡੀਮੋਟੀਵੇਟ ਨਾ ਕਰੋ ਸਾਨੂੰ ਤੁਹਾਨੂੰ ਤੁਹਾਡਾ ਪਤਾ ਲੱਗ ਗਿਆ ਹੁਣ ਜਿਹੜੀ ਫੈਮਿਲੀ ਤੋਂ ਬਾਹਰ ਆਣੇ ਆਉਂਦੇ ਆ 8-9 ਜਣੇ ਹੈਗੇ ਤਾਂ ਵੀ ਸਾਨੂੰ ਲਾਈਕ ਤਿੰਨ ਹੀ ਆਉਂਦੇ ਫੈਮਿਲੀ ਵਾਲੇ ਵੀ ਨਹੀਂ ਕਰਦੇ ਅੱਜ ਸਵੇਰੇ ਉੱਠ ਕੇ ਅਸੀਂ ਉਹਦੇ ਘਰ ਦੇ ਨੂੰ ਗਾਲਾਂ ਕੱਢੀਆਂ ਤੁਸੀਂ ਉਹ ਓਨੇ ਵੀ ਨਹੀਂ ਦੇਖਦੇ ਹੁਣ ਉਹਨਾਂ ਨੇ ਵੀ ਛੱਡਤਾ ਦੇਖਣਾ ਫਿਰ ਓਕੇ ਬਾਏ ਆਪਣੀ ਬੈਂਕ ਇਹਦੇ ਵਿੱਚ ਜਾ ਕੇ ਫਿਰ ਆਉਂਦੇ ਵਾਪਸ ਉਹ ਜਾ ਰਿਹਾ ਬੰਦਾ ਦੇਸੀ ਪੰਜਾਬੀ ਬਣਿਆ ਹੈ ਅੱਜ ਕੁੜਤਾ ਪਜਾਮਾ ਪਾ ਕੇ ਹੁਣੇ ਕਰਾ ਕੇ ਆਊ ਕੰਮ ਮਤਲਬ ਇਨ ਦਾ ਸੈਂਸ ਡਿਪੋਜ਼ਿਟ ਕਰਕੇ ਆਊ ਪੈਸੇ ਹੋ ਗਏ ਡਿਪੋਜ਼ਿਟ ਹਾਂ ਹੁਣ ਟੈਨਸ਼ਨ ਨਹੀਂ ਯਾਰ ਕੈਸ਼ ਕੋਲ ਨਾ ਉਹ ਵੀ ਅੰਨਾ ਅੰਨਾ ਕੀ ਵਿੱਚ ਵੱਜਦਾ ਅੰਨਾ ਕੈਸ਼ ਫਿਰ ਟੈਨਸ਼ਨ ਰਹਿੰਦੀ ਆ ਚਲ ਠੀਕ ਆ ਓਕੇ ਇਹ ਕੰਮ ਵਧੀਆ ਕੀਤਾ ਤੂੰ ਅੱਜ ਮੈਂ ਤੁਹਾਨੂੰ ਥੋੜ੍ਹਾ ਦੱਸਣਾ ਸੀਗਾ ਜਿਹੜੇ ਮਤਲਬ ਜੋ ਅਸੀਂ ਅਟਾਇਰ ਅੱਜ ਪਾਇਆ ਇਸ ਆਫ ਮਾਈ ਡਰੈਸ ਯੂ ਨੋ ਮੈਨ ਦਿਸ ਇਜ਼ ਫਰੋਮ ਇਹਦਾ ਵੀ ਦੱਸਦਾ ਮੈਂ ਆਪਦਾ ਵੀ ਦੱਸਦਾ ਹਨਾ ਤੇ ਜ਼ਾਰਾ ਓਕੇ ਫਰੋਮ ਦੁਬਈ ਕੁੜਤਾ ਪਜਾਮਾ ਬੀਰਾ ਫਰੋਮ ਲਸੋਏ ਅੱਛਾ ਮਲੇਰਕੋਟਲਾ ਠੀਕ ਹੈ ਇਹ ਯੋ ਯੋ ਹੁਣ ਦੱਸ ਮੈਨੂੰ ਕੀ ਕੋਲਾ ਬਣਾ ਰਿਹਾ ਤੂੰ ਤੈਨੂੰ ਚਾਹ ਪਿਆ ਦੂੰਗਾ ਹੋਰ ਹਾਂ ਨਹੀਂ ਪੀਣੀ ਮੈਂ ਕੋਲ ਹੋਈ ਬਰਗਰ ਨਹੀਂ ਖਾਣਾ ਨਹੀਂ ਨਹੀਂ ਬਾਅਦ ਨਹੀਂ ਮੈਨੂੰ ਭੁੱਖ ਨਹੀਂ ਜਮਾ ਹੀ ਹਜੇ ਚਲ ਠੀਕ ਹੈ ਰਹਿਣ ਦੇ ਤੂੰ ਸੇਵੀਆਂ ਖਾ ਲਈਆਂ ਤੇ ਘਰੋਂ ਤੁਰਨ ਲੱਗੇ ਨੇ ਤੇ ਤੂੰ ਐਂ ਕਰ ਮੈਨੂੰ ਵਧੀਆ ਵੀ ਕਾਫੀ ਦਾ ਫਲੇਵਰ ਲੈ ਗਿਆ ਮੇਰੇ ਲਈ ਕਾਫੀ ਦਾ ਕੱਪ ਜਿਹਨੂੰ ਕਾਪਾ ਚੀਨੋ ਲਿਆ ਕੇਪਾ ਚੀਨੋ ਕਾਪਾ ਕੇਪਾ ਚੀਨੋ ਚੱਲ ਠੀਕ ਹੈ ਕਾਫੀ ਲਿਆਈ ਹੁਣ ਅਸੀਂ ਹੈ ਫਿਰ ਤੁਹਾਨੂੰ ਮਿਲਦੇ ਹਾਂ ਦੋ ਬਣਾਉਣਾ ਸਰ ਮੈਂ ਕਿਤੋਂ We have dates latte also, ice one. Dates latte? Yeah. We have ice with the cardamom and
ਪੇ ਕਰ ਉਧਰ ਚੱਕੀ ਵਾ ਪੂਰੀ ਵਧੀਆ ਬਹੁਤ ਟਾਈਮ ਬਾਅਦ ਪਾਉਂਦੇ ਹੀ ਨਹੀਂ ਯਾਰ ਕੁੜਤਾ ਪਜਾਮਾ ਚੱਲ ਕਾਫੀ ਫੜਾ ਬਿੱਲ ਫੜਾ ਦੇ ਉਹਨਾਂ ਨੂੰ ਅੰਗਰੇਜ਼ੀ ਚ ਚੱਲ ਕਿਵੇਂ ਕਰਦਾ ਉਹਨਾਂ ਥਰਡ ਨੰਬਰ ਫੋਰਥ ਨੰਬਰ ਸੇਮ ਸੇਮ ਕੰਮ ਸ਼ੂਗਰ ਕੋਈ ਕੰਮ ਨੀ ਹੈਗਾ ਇਹਨੇ ਮੰਗੇ ਇਹਨੂੰ ਆਉਂਦੀ ਸੀ ਉਹ ਲੈਣ ਕਾਫੀ ਜਗ੍ਹਾ ਤੇ ਕੱਪੜਾਂ ਵਾਲੀ ਦੁਕਾਨ ਤੇ ਵੀ ਟਿਸ਼ੂ ਇੰਗਲਿਸ਼ ਟਿਸ਼ੂ ਮੰਗਣੇ ਆਉਂਦੇ ਯਾਰ ਉਹ ਸਾਰੀ ਜਗ੍ਹਾ ਤੇ ਉਹੀ ਮੰਗ ਰਿਹਾ ਤਾ ਕੱਲ ਕਰਿਆਨੇ ਤੇ ਖੜੇ ਮਜ਼ਾ ਆ ਗਿਆ ਵਧੀਆ ਹੌਟ ਨੀ ਠੰਡੀ ਠੰਡੀ ਯਾਰ ਤੂੰ ਮੈਂ ਤੈਨੂੰ ਕੀ ਆ ਇਹ ਮੰਗਦਾ ਸੀ ਹੌਟ ਕਾਫੀ ਮਤਲਬ ਜੋ ਨਾਰਮਲ ਕਾਫੀ ਪੀਂਦੇ ਮੈਂ ਕਿਹਾ ਨੋ ਮੈਨ ਗਰਮੀ ਸਟਾਰਟ ਹੋ ਗਈ ਆ ਆਈਸ ਲਾਤੇ ਆਈਸ ਆਈਸ ਲਾਤੇ ਹਾਂ ਲੱਤਾਂ ਵੀ ਠੰਡੀਆਂ ਲਾਤੇ ਪੀ ਕੇ ਵਧੀਆ ਮੇਰਾ ਕੀ ਆ ਪਿਆਈ ਜਾਵੇ ਜਿਹੜਾ ਕੋਈ ਪਿਆਉਣਾ ਖਵਾਈ ਜਾਵੇ ਜਿਹੜਾ ਕੋਈ ਆਪਾਂ ਕਿਹੜਾ ਨਾ ਕਰਦੇ ਤੁਹਾਨੂੰ ਸਾਡੇ ਮੂੰਹ ਤਾਂ ਦੱਸ ਹੀ ਦਿੰਦੇ ਹੋਣੇ ਅਸੀਂ ਕਿੰਨਾ ਖਾਂਦੇ ਆ ਕੋਈ ਗੱਲ ਨੀ ਬਾਈ ਜਿੱਦਣ ਟਾਈਮ ਮਿਲੇ ਆਪਾਂ ਵੀ ਘਟਾ ਹੀ ਦੇਣੇ ਡਾਕਟਰ ਨੇ ਮਨਾ ਕੀਤਾ ਹੋਇਆ ਵਿਚਾਰਾ ਜਾ ਕੇ ਆਇਆ ਲੇਕਿਨ ਫਿਰ ਵੀ ਚੱਲ ਘਟਾ ਦਾ ਦੇਣਾ ਆਪਾਂ ਮਹੀਨੇ ਦੋ ਮਹੀਨੇ ਦੀ ਗੇਮ ਦਸ ਕਿਲੋ ਆਪਾਂ ਕੱਟ ਕਰ ਚੱਲੀਏ ਫਿਰ ਆਪਾਂ ਜਬਲ ਵਾਲੀ ਮੇਰੀ ਬਾਂਹ ਵੀ ਥੱਕ ਗਈ ਕੈਮਰਾ ਫੜ ਕੇ ਤੂੰ ਆਹ ਪੀ ਨਜ਼ਾਰਾ ਲੈ ਬੜੀ ਚੱਲ ਠੀਕ ਮਿਲਦੇ ਆ ਫਿਰ ਜੀ ਜਬਲ ਵਾਲੀ ਪਹੁੰਚ ਕੇ ਮਿਲਦੇ ਯਾਰ ਬਾਈ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਕਿਉਂ ਤੇਰੀ ਮੈਂ ਸਿਆਣੇ ਦੀ ਗੱਲ ਮੰਨੀ ਮਜ਼ਾ ਆ ਗਿਆ ਐਵੇਂ ਕਿਹਾ ਪਿੱਛੇ ਨੂੰ ਪੈਂਦਾ ਹੌਟ ਹੁਣ ਠੰਡਾ 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 ਐਵੇਂ ਨਹੀਂ 134 ਵਾਲ ਦਾੜੀ 'ਚ ਚਿੱਟੇ ਆ ਐਵੇਂ ਨਹੀਂ ਆ ਇਹ ਸਿਆਣਾ ਬੰਦਾ ਸਿਆਣਾ ਹੀ ਹੈ ਗਰਮੀ 'ਚ ਗਰਮ ਚੀਜ਼ ਨਹੀਂ ਛੋਟਿਆ ਐਵੇਂ ਮੂਹਰੇ ਹੁਣ ਮੈਂ ਤੈਨੂੰ ਬਹੁਤ ਸਟੋਰੀਆਂ ਚਲਾਉਂਗਾ ਬੈਠ ਕੇ ਕਹਾਣੀਆਂ ਸੁਣਾਉਣ ਲੱਗ ਹੁਣ ਮੈਂ ਤੈਨੂੰ ਬਹੁਤ ਸੁਣਾਉਂਗਾ ਕਿਉਂਕਿ ਤੂੰ ਬਈ ਮਤਲਬ ਸਿਫਤ ਕਰਤੀ ਨਾ ਯਾਰ ਨਹੀਂ ਪੀਂਦੇ ਹੁੰਦੇ ਸੀ ਅਸੀਂ ਸਾਨੂੰ ਪਤਾ ਗਰਮੀਆਂ 'ਚ ਨਹੀਂ ਪੀਂਦੇ ਸੀ ਅਸੀਂ ਅਸੀਂ ਠੰਡੀ ਚੀਜ਼ ਹੀ ਪੀਂਦੇ ਰਹੇ ਮਜ਼ਾ ਆ ਗਿਆ ਮਜ਼ਾ ਆ ਗਿਆ ਆਈਸ ਲਾਤੇ ਪੀਓ ਫਿਰ ਟਰਾਈ ਕਰੋ ਆਈਸ ਲਾਤੇ ਜਾ ਕੇ ਜਿੱਥੇ ਵੀ ਮਿਲਦੀ ਆ ਟਰਾਈ ਕਰੋ ਘਰੇ ਬਣਾ ਲਓ ਆਈਸ ਲਾਤੇ ਇਹ ਹੁਣ ਤੈਨੂੰ ਪੰਜਾਬੀ ਦੱਸਦੇ ਆਈਸ ਲਾਤੇ ਵਿਦ ਖਜੂਰ ਇਹ ਉਹ ਆ ਹੁਣ ਕਹਿਣਾ ਆਈਸ ਲਾਤੇ ਵਿਦ ਡੇਟਸ ਉਹਨਾਂ ਦੇ ਦੇਣੇ ਤੁਹਾਨੂੰ ਬਣਾ ਕੇ ਦੁਨੀਆਂ ਪੀਂਦੀ ਆ ਅਸੀਂ ਕਿਹੜਾ ਪਹਿਲੀ ਵਾਰ ਪੀਣ ਲੱਗੇ ਜਾਂ ਭੈਣ ਚੋਂ ਦੁਨੀਆਂ ਨਹੀਂ ਪੀਂਦੀ ਹੈ ਕਿ ਨਹੀਂ ਇਹ ਤਾਂ ਉਹੀ ਸ਼ੁਗਰ ਲਾਇਆ ਵੀ ਸ਼ੁਗਰ ਲਾ ਵੀ ਇਹ ਤਾਂ ਸ਼ੁਗਰ ਲਾ ਆਪਾਂ ਜਿੱਥੇ ਗੈਪ ਚ ਨਾ ਪੀਣੀ ਸੀ ਹੌਟ ਕਾਫੀ ਪੀਂਦੇ ਕੋਈ ਪੀਂਦੇ ਠੰਡੀ ਜਾਣ ਕੇ ਮਜ਼ਾ ਆ ਗਿਆ ਮਜ਼ਾ ਆ ਗਿਆ ਕਹਿਣ ਤੋਂ ਭਾਵ ਇਹ ਚਲੋ ਐਂ ਗੱਲਾਂ ਗੱਲਾਂ ਕਰਦੇ ਤੁਹਾਨੂੰ ਵਿੱਚ ਟੋਟ ਕੇ ਮਾਰ ਯਾਰ ਇੱਕ ਦੂਜੇ ਨੂੰ ਐਪਰੀਸ਼ੀਏਟ ਬਹੁਤ ਕਰਦੇ ਸਾਨੂੰ ਕੋਈ ਹੋਰ ਨਹੀਂ ਕਰਦੇ ਸਾਨੂੰ ਸਾਡੇ ਘਰ ਦੇ ਨਹੀਂ ਕਰਦੇ ਅਸੀਂ ਕੋਈ ਗੱਲ ਕਰਦੇ ਆ ਨਾ ਸਾਡੇ ਮੂਹਰੇ ਐਂ ਕਿਹਾ ਕਿ ਬਾਅਦ ਚੋਂ ਭੈਣਾਂ ਵੀ ਸਾਡੀਆਂ ਪਿੱਛੇ ਗਾਲਾਂ ਕੱਢਦੀਆਂ ਫਿਰ ਅਸੀਂ ਕੀ ਕਿਹਾ ਵੀ ਅਸੀਂ ਇੱਕ ਦੂਜੇ ਦਾ ਸਹਾਰਾ ਵਾਂ ਅਤੇ ਅਸੀਂ ਇੱਕ ਦੂਜੇ ਨੇ ਐਪਰੀਸ਼ੀਏਟ ਕਰ ਲਈਦਾ ਗੱਲ ਸਮਝੇ ਕਿ ਨਹੀਂ ਸਮਝੇ ਇੰਨੀ ਕਾਫੀ ਲੈ ਕੇ ਅਸੀਂ ਅੱਧਾ ਘੰਟਾ ਐਪਰੀਸ਼ੀਏਟ ਕਰ ਐਡੀ ਕਿ ਕਿੰਨੀ ਗੱਲ ਦੱਸੋ ਭਲਾ ਦੀ ਇਹ ਗੱਲ ਹੈ ਕੋਈ ਨਹੀਂ ਤਾਂ ਅਸੀਂ 20 ਮਿੰਟ ਦਾ ਬਲੌਗ ਬਣਾ ਸਕਦੇ ਹਾਂ ਐਪਰੀਸ਼ੀਏਟ ਅਸੀਂ ਕਾਫੀ ਲੈ ਕੇ ਨਿਕਲੇ ਹਾਂ ਉਦੋਂ ਤਾਂ ਸਾਡਾ ਐਪਰੀਸ਼ੀਏਸ਼ਨ ਹੀ ਚੱਲ ਰਿਹਾ ਵਾ ਇੱਕ ਦੂਜੇ ਨੂੰ ਚਲੋ ਫਿਰ
ਗੱਲ ਕੋਈ ਨਹੀਂ ਬਸ ਗੱਲ ਕੋਈ ਨਹੀਂ ਇੱਕ ਦੂਜੇ ਦਾ ਹੀ ਸਹਾਰਾ ਆਈ ਚੱਲਦਾ ਬਸ ਚਲੋ ਠੀਕ ਆ ਫਿਰ ਮਿਲਦੇ ਆ ਬਾਏ ਬਾਬਾ लगता अपना बंदा बैठा ओनू पता नहीं गा ओ बाहर लाइन गप शप लावांगे फैमिली नाल ते शाम दा प्रोग्राम देखांगे किधर जाना ओके आए माहौल बनदा पिछे नसले मैं ਗੱਡੀ ਰੱਖੀ ਆ ਆਹ ਬੰਗਾਲੀ ਨੇ ਤੰਬਾਕੂ ਹੁੰਦੇ ਚੈਨੀ ਖੈਨੀ ਹਾਂ ਉਹ ਵੇਚਦਾ ਵਾ ਇੱਥੇ ਉਹਦੇ ਹੱਥ 'ਚ ਲੈ ਕੇ ਬਸ ਪਾਊਚ ਹੋਰ ਕੌਣ ਅੱਛਾ ਹਾਂ ਉਹ ਵੇਚਦਾ ਗੱਡੀ ਗੁੱਡੀ ਰੱਖੀ ਆ ਵਧੀਆ ਆ ਜਿਹੜੇ ਇੱਥੇ ਖੜੇ ਨੇ ਜਾਣਦੇ ਹੋਣਗੇ ਬੰਦੇ ਜਿਹਨਾਂ ਨੇ ਕਦੇ ਇੱਥੇ ਵਿਜ਼ਿਟ ਕੀਤਾ ਇੱਧਰ ਨਾ ਮਾਰਕੀਟਾਂ ਮੂਹਰੇ ਖੜ ਕੇ ਬੰਗਾਲੀ ਉਹ ਵੇਚਦੇ ਆ ਕੁਛ ਵੀ ਵੇਚ ਦੇਣਗੇ ਤੰਬਾਕੂ ਤੰਬੂਕੂ ਕਾਰਡ ਵਾਰਡ ਸ਼ਾਰਡ ਜੋ ਵੀ ਆ ਕਿਸੇ ਕੰਪਨੀ ਅੰਡਰ ਨਹੀਂ ਆਪਦਾ ਵੀਜ਼ਾ ਲਿਆ ਵੱਡੀ ਰੱਖੀ ਫਿਰਦੇ ਆ ਮਾਮੇ ਇੱਥੇ ਸਮਾਨ ਚੱਕਦੇ ਹੋਣੇ ਆ ਇੱਥੇ ਆ ਕੇ ਪਾਰ ਕਰਦੇ ਹੋਣੇ ਆ ਹਨਾ ਇੱਥੇ ਖੜ ਕੇ ਇੱਥੇ ਖੜੇ ਹੁੰਦੇ ਸਾਰੇ ਗੱਡੀ ਸਾਰਾ ਦਿਨ ਇੱਥੇ ਹੀ ਆ ਪਰ ਬਾਹਰਲਾ ਮਾਹੌਲ ਦਿਖਾਉਣਾ ਤੁਹਾਨੂੰ ਮੈਂ ਬਾਹਰ ਥੱਕ ਜਾਂਦੀ ਆ ਮਾਮਾ ਬੱਸਾਂ ਖੜੀਆਂ ਪ੍ਰੋਪਰ ਲੈ ਕੇ ਜਾਣ ਨੂੰ ਟੈਕਸੀਆਂ ਆਉਂਦੀ ਫੀਲਿੰਗ ਮੇਲੇ ਵਾਲੀ ਹੈ ਚੱਕੋ ਆ ਦੇਖੋ ਇੱਧਰ ਮਾਹੌਲ ਹੁਣ ਅਗਰ ਜੇ ਤੂੰ ਚਾਹਵੇਂ ਵੀ ਤੂੰ ਕੰਟੈਂਟ ਦੇ ਰਿਹਾ ਲੋਕਾਂ ਨੂੰ ਇਹ ਤੇਰਾ ਭੁਲੇਖਾ ਇੱਥੋਂ ਹੀ ਤੂੰ ਉੱਠਦਾ ਤੇ ਇੱਥੇ ਹੀ ਤੂੰ ਐਂਡ ਕਰ ਦਿੰਦਾ ਦੋ ਚਾਰ ਟਿਕਾਣੇ ਹੁਣ ਮੈਂ ਕੰਟੈਂਟ ਲਈ ਕਿੱਥੇ ਬੁਰਜ ਖਲੀਫੇ ਚਲਾ ਜਾਵਾਂ ਇਹਨਾਂ ਨੂੰ ਆਪਣੇ ਦਰਸ਼ਕਾਂ ਨੂੰ ਨਾ ਕੋਠੇ ਤੋਂ ਛਾਲ ਮਾਰ ਕੇ ਦਿਖਾ ਦਿੰਦਾ ਆਉਂਦਾ ਹੈ ਜਦੋਂ ਤੂੰ ਹਵਾ 'ਚ ਹੋਇਆ ਉਹ ਤੂੰ ਕਹਿਣਾ ਸਬਸਕ੍ਰਾਈਬ ਫਿਰ ਉਹ ਤੂੰ ਹੀ ਦੇਖੇਗਾ ਸਬਸਕ੍ਰਾਈਬ ਮਾਈ ਚੈਨਲ ਚਲੋ ਠੀਕ ਆ ਹੁਣ ਆਪਣਾ ਪੂਰੀ ਐਕਟੀਵਿਟੀ ਖਤਮ ਹੋ ਗਈ ਆ ਘਰੇ ਪਹੁੰਚ ਗਏ ਹਾਂ ਥੋੜ੍ਹਾ ਥੱਕ ਵੀ ਗਏ ਰੈਸਟ ਕਰਾਂਗੇ ਬੱਚੇ ਬੋਰ ਹੋ ਰਹੇ ਸੀ ਇਹਨਾਂ ਨੂੰ ਸ਼ਾਮ ਨੂੰ ਕਿਤੇ ਨਾ ਕਿਤੇ ਜਾਂ ਕੋਈ ਵੀ ਗੱਲਬਾਤ ਬਣੀ ਪ੍ਰੋਗਰਾਮ ਕਰਦੇ ਹਾਂ ਹਨਾ ਲੈ ਕੇ ਜਾਵਾਂਗੇ ਅਤੇ ਬਾਏ ਬਾਏ ਕਿਉਂ ਬਾਏ ਬਾਏ ਬਹੁਤ ਥੱਕਿਆ ਹੋਇਆ ਕਾਫੀ ਕਿੱਦਾਂ ਸੀ ਇੱਕ ਵਾਰੀ ਫੇਰ ਲਾਤੇ ਆਏ ਲਾਤੇ ਪੂਰੀ ਕਿਹਦੇ ਕਰਕੇ ਵੱਡੇ ਵਜੇ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਐਂ 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 ਐਵੇਂ 134 ਵਾਲੇ ਚਿੱਟਾ ਨਹੀਂ ਕਿਤੇ ਹੈ ਕਿ ਨਹੀਂ ਤਬਾਹੀ ਜਮਾ ਨੌਕਰ ਖੜੇ ਨੇ ਪਾਣੀ ਲੈ ਕੇ ਆਏ ਨੇ ਅਤੇ ਅਸੀਂ ਪਾਣੀ ਪੀ ਲਿਆ ਬਾਏ ਬਾਏ ਚਿੰਗਮ